2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਨੇ ਕਮਰ ਕੱਸ ਲਈ ਹੈ। 12 ਫਰਵਰੀ 2019 ਤੋਂ ਬੀਜੇਪੀ ਮੇਰਾ ਘਰ ਭਾਜਪਾ ਦਾ ਘਰ ਮੁਹਿੰਮ ਚਲਾਉਣ ਜਾ ਰਹੀ ਹੈ। ਬੀਜੇਪੀ ਆਗੂ ਤਰਨ ਚੁੱਗ ਨੇ ਕਿਹਾ ਕਿ ਬੀਜੇਪੀ ਦੇ ਸੰਗਠਨ ਨੂੰ ਮਜ਼ਬੂਤੀ ਦੇਣ ਦੇ ਲਈ ਇਹ ਮੁਹਿੰਮ ਲਾਹੇਵੰਦ ਸਾਬਿਤ ਹੋਵੇਗੀ। ਉਹਨਾਂ ਕਿਹਾ ਕਿ ਇਸ ਦੇ ਨਾਲ ਘਰ ਘਰ ਜਾ ਕੇ ਲੋਕਾਂ ਨੂੰ ਬੀਜੇਪੀ ਦੀ ਸਰਕਾਰ ਵੱਲੋਂ ਕੀਤੇ ਕੰਮਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਸਭ ਨਾਲੋਂ ਪਹਿਲਾਂ ਪਾਰਟੀ ਦੇ ਆਲ ਇੰਡੀਆ ਪ੍ਰਧਾਨ ਅਮਿਤ ਸ਼ਾਹ ਜੀ ਆਪਣੇ ਘਰ ਦੇ ਉੱਤੇ ਅਹਿਮਦਾਬਾਦ ਵਾਲੇ ਆਪਣੇ ਘਰ 'ਤੇ ਝੰਡਾ ਚੜ੍ਹਾ ਕੇ 12 ਫਰਵਰੀ ਨੂੰ ਇਸ ਕੰਪੇਨ ਦਾ ਉਦਘਾਟਨ ਕਰਨਗੇ ਔਰ ਉਸ ਤੋਂ ਬਾਅਦ 5 ਕਰੋੜ ਸਥਾਨਾਂ ਦੇ ਉੱਤੇ ਅਸੀਂ ਜਨ ਸੰਪਰਕ ਕਰਾਂਗੇ ਔਰ ਲੋਕਾਂ ਦੇ ਵਿੱਚ ਜਾ ਕੇ ਦੱਸਾਂਗੇ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਸਰਕਾਰ ਬਣੀ ਔਰ ਸਰਕਾਰ ਬਣਨ ਤੋਂ ਬਾਅਦ ਕਿਸ ਤਰ੍ਹਾਂ ਗਰੀਬ ਦੇ ਜੀਵਨ 'ਚ ਪਰਿਵਰਤਨ ਆਇਆ।